ਹਾਂਜੀ ਆ ਸਾਊਂਡ ਸਿਸਟਮ ਆਸੇ ਪਾਸੇ ਪੈ ਨਹੀਂ ਲੱਗਦੀ ਅੱਗੇ ਅੱਗੇ ਕਿੰਨੀ ਨਗਾਰਾ ਕਰ ਸਾਡੇ ਬਾਈ ਜਗਜੀਤ ਸਿੰਘ ਰਣਜੀਤ ਸਿੰਘ ਜੀ ਗੁਰਦੁਆਰਾ ਖੇਡਾਂ ਦੇ ਸਾਧਨ ਹੋਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਲਾਲਪੁਰਾ ਜੇਤੂ ਸਤਨਾਮ ਸਿੰਘ ਸਿੰਘਾ ਇਹਨਾਂ ਦੀ ਕੁੱਤੀ ਮਿੱਤੋਂ ਲਾ ਕੇ ਜੇਤੂ ਰਹੀ ਹੈ ਬੜੀ ਨਾਮੀ ਕੁੱਤੀ ਅੱਜ ਵਧੀਆ ਭੱਜਦੀ ਹੈ ਸੋ ਮਾਂਜਵਾ ਜੀ ਬਲਦੇਵ ਸਿੰਘ ਚੰਦਰਾ ਇਹਨਾਂ ਦੀ ਕੁੱਤੀ ਸੁਹਾਰੀ ਲਾਲਨ ਜੀ ਨਾਲ ਸਰਜੀਤ ਸਿੰਘ ਮੁਜਪੁਰਾ ਇਹਨਾਂ ਦਾ ਕੁੱਤਾ ਵਿਗ ਰਿਹਾ ਸੀ ਕਾਲਾ ਪੁਸ਼ਕਾਰੀ ਵੀ ਜਿਹੜੇ ਕੁੱਤੇ ਜਿਹੜੇ ਨਾਂ ਤੇ ਐਂਟਰ ਕਰਾਏ ਉਹੀ ਰਹਿਣਗੇ ਕੋਈ ਚੇਂਜ ਨਹੀਂ ਹੋਣਾ ਜਦੋਂ ਤੁਸੀਂ ਐਂਟਰ ਕਰਾਏ ਉਹੀ ਕੁੱਤੇ ਉਹੀ ਰੰਗ ਆ ਸੋ ਕੋਈ ਸਾਡੇ ਕੋਲ ਇਸ ਕਰਕੇ ਨਾਲ ਹੀ ਜਿਹੜਾ ਰੰਗ ਆ ਜਾਂ ਨਾਂ ਜਿਹੜੇ ਨਾਂ ਤੇ ਤੁਸੀਂ ਐਂਟਰ ਕਰਾਏ ਉੱਥੇ ਤੇ ਲਿਖ ਗਏ ਉੱਥੇ ਤੇ ਰਹਿਣੇ ਸੋ ਬੇਨਤੀ ਆ ਮੇਰੀ ਇਹਨੂੰ ਖਿਆਲ ਰੱਖੋ ਹਾਂਜੀ ਇੱਕ ਬੇਨਤੀ ਨੰਬਰ ਦੱਸ ਦਿਓ ਤੇ ਕਿਹੜਾ ਕਿਹੜਾ ਚੱਲਦੀ ਹੈ ਹਾਂਜੀ 52 ਜਲਾਲ ਸਫਾਰੀ ਵਾਲੀ ਬਲਦੇਵ ਸਿੰਘ ਚੰਦਪੁਰਾ ਦੀ ਨਾਲ ਸਰਜੀਤ ਸਿੰਘ ਬੁੱਗੀਪੁਰਾ ਨਾਲ ਕੁੱਤਾ ਵਿਗ ਰਿਹਾ ਸੀ ਕਾਲਾ ਜੀ ਚਿੱਟੇ ਪਟੇ ਦੂਜੇ ਜਾਣਾ ਚਿੱਟੇ ਪਟੇ ਵਾਲਾ ਬੁੱਢਾ ਜੀ ਹੈ ਨੇ ਤੇ ਦੱਸੋ ਆ ਗਿਆ ਜੀ ਸ਼ਿਕਾਰੀ ਦਾ ਟਾਈਮ ਤਾਂ ਪਹਿਲਾਂ ਹੀ ਆ ਗਿਆ ਕਰੋ ਫਿਰ ਚਰਨਜੀਤ ਪ੍ਰਮੰਦਰ ਸਿੰਘ ਬਰਗਾੜੀ ਦਾ ਕੁੱਤਾ ਲੁੱਗਰ ਰੰਗ ਕਾਲਾ ਡੱਬਾ ਨਾਲ ਦਵਿੰਦਰਜੀਤ ਸਿੰਘ ਦਾ ਕੁੱਤਾ 007 ਕਾਲਾ ਡੱਬਾ ਚਿੱਟੇ ਪਟੇ 54 ਮਨਿੰਦਰ ਦੀਪ ਸਿੰਘ ਨੇ ਰਾਣਾ ਇਹਨਾਂ ਦੀ ਕੁੱਤੀ 41 ਮਾਸਟਰ ਗਣੇਸ਼ ਸਿੰਘ ਦਾ ਕੁੱਤਾ ਬਲੈਕ ਹੋਏ ਕੋਈ ਕਾਲਾ ਦੇਖੋ ਮੁਕਾਬਲੇ ਚਿੱਟਾ ਬੜਾ ਜੇਤੂ ਜੀ ਸਰਦੀਪ ਸਿੰਘ ਨੇ ਦੂਜੀ ਬੜਾ ਇਹਨਾਂ ਦਾ ਕੁੱਤਾ ਵਿਗ ਰਿਹਾ ਸੀ ਕਾਲੇ ਰੰਗ ਦਾ ਜੋ ਇਹ ਜੇਤੂ ਰਿਹਾ ਜੀ ਇਸ ਮੁਕਾਬਲੇ 55 ਰੂਫਰੀ ਖਾਨ ਨੇ ਕੋਟਲਾ ਦੀ ਤਾਂ ਕੁੱਤਾ ਲੀ ਕਾਲੇ ਰੰਗ ਦਾ ਲਾਲ ਪਟੇ ਤਾਂ ਜੀ ਚਿੱਟੇ ਪਟੇ ਜਾਦੂ ਚੱਕਰ ਦੀ ਕੁੱਤੀ ਬਲੈਕ ਵੀ ਹੈ 41 57 ਡਾਕਟਰ ਜੰਗ ਬਹਾਦਰ ਸਿੰਘ ਦਾ ਕੁੱਤਾ ਬਲੈਕ ਪਰਵਤ ਕਾਲੇ ਰੰਗ ਜੀ ਨਾਲ ਸਿਮਰ ਖਾਂ ਮੇਰਕੋਟਲੇ ਦਾ ਕੁੱਤਾ ਜੈਸ ਰੰਗ ਨਾਲ 57 ਦੋਸਤ ਅਤੇ ਲਾਸਟ ਤੱਕ ਦੋ ਦਾ ਕੁੱਤਾ ਰੈਂਬੋ ਕਾਲਾ ਡੱਬਾ ਇਹ 22 ਚੱਲ ਨਾਲ ਦੀ ਨਾਲ ਹੀ ਪਹਿਲੀ ਦੋ ਵਾਲੇ ਤਿਆਰ ਰਹਿਣ ਜੀ ਜਿਹੜੀ ਆਪਾਂ ਅਗਲੇ ਰਾਊਂਡ ਦੀ ਸ਼ੁਰੂ ਕਰਨੀ ਹੈ ਜੀ ਮਹਾਭਾਰਤ
ਭਜਾ ਦਿਆ ਕਰ ਇਹਨੂੰ ਆਉਂਦਾ ਹੋਇਆ ਤਾਂ ਪੈਂਤੀ ਖੈਰ ਪਾ ਲਾ ਨਹੀਂ ਉਹ ਨਹੀਂ ਜਵਾਬ 50 ਮਰ ਜੋ ਗਿਆ ਤੋ ਪਾਚਾ ਪੁੱਛ ਕੇ ਆਖਣਾ ਕੋਈ ਲੋਕ ਜੀ ਮੋਟਰ ਕਰਾ ਲੈ ਬਾ ਛੇੜ ਆਇਆ ਕਰ ਨੇ 5 ਰੁਪਏ ਕਰ ਕੋਈ ਬੰਨ ਕਰ ਦੇ ਚਾਹ ਦੇ ਤੋਂ ਬੰਨ ਕਰ ਇਹ ਚ ਭੈਣ ਦੂਰ ਦਾ ਮਰ ਜੇ ਦੀ ਤਾਂ ਪਹਿਲੀ ਚ ਕੱਟਣਾ ਕਾਬਲ ਲੱਗੇ ਜਾਣ ਦੇਖੋ ਜੀ ਹੈਲੋ ਹੁਣ ਚਾ ਝੇਰੀ ਪੈ ਜਾਂਦੀਆਂ ਏ ਹੈਲੋ ਅੜੀ ਹੈਲੋ ਅੜੀ ਹੋਈ ਆ ਬਲੈਕ ਟੋਪਾ ਬਟਾਗੜ ਆ ਗਿਆ ਬਹੁਤ ਬੜਾ ਆਦਮੀ ਸਤਵੰਜ ਭਾਈ ਸਤਵੰਜ ਭਾਈ ਮੈਂ ਤੁਹਾਡਾ ਪਤਾ ਲਈ
ਤੇ ਜਾਲ ਚੱਕਰ ਦੀ ਕੁੱਤੀ ਬਲੈਕ ਕੂਮਰੇ ਛੱਡਣ ਲੱਗਿਆ। 57 ਲੱਖ ਜਨਤਾ ਦਾ ਕੁੱਤਾ ਬਲੈਕ ਕਵਰ ਕਾਲਾ ਜੀ ਨਾਲ ਕਿਲਾ ਕਮਰੇ ਤੋੜਨਾ ਕੁੱਤਾ ਜੈਕ ਲਾਲ ਰੰਗ ਦਾ ਜੀ ਤੇ 58 ਘੱਟਬੋ ਇਹ 22 ਦੀ ਰੇਸ ਹੈ ਜੀ ਰੈਂਬੋ ਕਾਲਾ ਡੱਬਾ ਇਹ ਵੀ ਲਿਆਓ ਜੀ ਤੇ ਦੋ ਅਗਲੇ ਨਾਲ ਦੀ ਨਾਲ ਅਗਲੇ ਤਿਆਰ ਰੱਖਣ ਜੀ ਜਿਹੜੀ ਪਹਿਲੀ ਛੱਡਣੀ ਆਪਾਂ ਰੇਸ ਅਮਰਵੀਰ ਗੁਰਮੁਖੀ ਇਹਨਾਂ ਦਾ ਕੁੱਤਾ ਬਰੂਨੋ ਚਿਤਰਾ ਨਾਲ ਕਟਬਾ ਉਹਨਾਂ ਦਾ ਕੁੱਤਾ ਐਡੀ ਅਰਜਨ ਜੀ ਪਹਿਲੀ ਦੋ ਰੋਲ ਤਿਆਰ ਰੱਖ ਲਿਆ ਉਸ ਨਾਲ ਦੀ ਨਾਲ ਦੂਜੀ ਦੋ ਕੁੱਤਾ ਘੋੜੀਆਂ ਦਾ ਕੁੱਤਾ ਬੁਲਾਇਆ ਲੈ ਹੈਲੋ ਪਿੱਛੇ ਹੋ ਜਾਓ ਯਾਰ ਥੋੜਾ ਥੋੜਾ ਪਿੱਛੇ ਹੋ ਜਾਓ ਤੇ ਨਾਲ ਹੀ ਬਾਈ ਵਾਲੇ ਉਸ ਤੋਂ ਬਾਅਦ ਅਗਲਾ ਬਾਅਦ ਨਾਲ ਦੀ ਨਾਲ ਹੀ ਸ਼ੁਰੂ ਆ ਤੁਹਾਡੇ ਬੋਲੀ ਆ ਬਾਈ ਅਮਰਵੀਰ ਬੰਤੀ ਆਉਂਦਾ ਜਿਹੜਾ ਕੁੱਤਾ ਬਰੂਨੋ ਚਿਤਰਾ ਨਾਲ ਚੱਕਰਦਾਰ ਪੈਰੋ ਕਿਉਂ ਕੁੱਤਾ ਐਡੀ ਅਰਜਨ ਚਿੱਟੇ ਬੜੇ ਦਾ ਲਾਲ ਪਟੇ ਚ ਦੂਜੀ ਡੋਰਾ ਕਿੰਨਾ ਕੋਈ ਇਹਦਾ ਕੁੱਤਾ ਬਲੈਕ ਵਾਟ ਰੰਗ ਕਾਲਾ ਚਿੱਟੇ ਬੜੇ ਪਰਮਿੰਦਰ ਸਿੰਘ ਬਰਗਾੜੀ ਦਾ ਕੁੱਤਾ ਕ੍ਰੈਸ਼ ਲਾਲ ਰੰਗ ਦਾ ਜੀ ਤੀਜੀ ਡੋਰਾ ਹਰੀ ਸਿੰਘ ਜਮਨਾ ਨਾਲ ਆਰਜੀ ਦਾ ਰੋਇਲ ਬਲੋਕੇ ਨਾਲ ਕੁੱਤਾ ਡਿਗਰ ਸਹਾਏ ਰੰਗ ਦਾ ਨਾਲ ਜਗਤਾਰ ਸਿੰਘ ਚੰਦਰਾ ਨਾਲ ਕੁੱਤਾ ਬੈਟਰੀ ਰੰਗ ਲਾਲ ਚੌਥੀ ਡੋਰ ਜੰਗ ਸਿੰਘ ਗੁਰੂ ਸਾਹਿਬ ਦਾ ਇਹਨਾਂ ਕੁੱਤਾ ਜੋਲੀ ਚਿੱਟੇ ਰੰਗ ਦਾ ਨਾਲ ਪਰਮਜੀਤ ਸਿੰਘ ਮਾਨਕੀ ਰੋਇਲ ਬਲੋਕ ਜੋ ਇਹਨਾਂ ਦਾ ਕੁੱਤਾ ਰੰਗ ਲਾਲ ਰੰਗ ਦਾ ਜੀ ਨਾਲ ਸਾਹਿਬ ਜੇਤੂ ਰਿਹਾ ਜੀ ਕਾਕੂ ਜਗਵੰਤ ਸਿੰਘ ਜੀ ਦਾ ਬਲੈਕ ਪਰ ਜੇਤੂ ਰਿਹਾ ਹਾਂਜੀ ਬਾਈ ਵਾਲੀ ਛੱਡ ਦਿਓ ਜੀ ਨਾਲ ਦੀ ਨਾਲ ਹੀ ਅਗਲਾ ਬਾਈ ਜੀ ਅਮਰਵੀਰ ਗੁਮਤੀ ਸ਼ੋਰ ਵਿੱਚ ਕੱਟੜਦਾਰ ਦਾ ਜੀ ਇਹਨਾਂ ਦੀ ਪਹਿਲੀ ਡੋਜ਼ ਜੀ ਇਹਨਾਂ ਦੇ ਜਾਨਵਰਾਂ ਦੀ ਆਪਾਂ ਇਹਨਾਂ ਦਾ ਕੁੱਤਾ ਬੈਟਰੀ ਲਾਲ ਰੰਗ ਦਾ ਜੀ ਚੌਥੀ ਢੋਕ ਜਨ ਸਿੰਘ ਗੁਰੂ ਸਾਹਿਬ ਇਹਨਾਂ ਦਾ ਕੁੱਤਾ ਜੋਨੀ ਹੈ ਜੀ ਚਿੱਟੇ ਰੰਗ ਦਾ ਤੇ ਨਾਲ ਦੀ ਨਾਲ ਉਹ ਚਿੱਟੇ ਪਟੇ ਜਾਊਗੀ ਜੀ ਪਰਮਜੀਤ ਸਿੰਘ ਮਾਨਕੀ ਰੋਇਲ ਬਲੋਕ ਇਹਨਾਂ ਦੇ ਕੁੱਤੇ ਦਾ ਪੰਜਵੀਂ ਕਾਲੇ ਰੰਗ ਦਾ ਆਊਗਾ ਜੀ ਛੇਵੀਂ ਡੋਰ ਕੱਟਰਦਾ ਕੁੱਤਾ ਐਬੀ ਮਾਨਕ ਕਾਲੇ ਰੰਗ ਦਾ ਜੀ ਨਾਲ ਦੀ ਨਾਲ ਕਾਲਾ ਧਾਲੀਵਾਲ ਇਹਨਾਂ ਦਾ ਕੁੱਤਾ ਰੈਡ ਬਲੈਕ ਹਾਂਜੀ ਪਹਿਲੀ ਡੋਰ ਸ਼ੁਰੂ ਹੋਣ ਲੱਗੀ ਆ ਜੀ ਸਾਰੇ ਵੀਰੋ ਤੁਹਾਡੀ ਮਿਹਰਬਾਨੀ ਸੋ ਅਗਲੇ ਰਾਊਂਡ ਦੀ ਪਹਿਲੀ ਡੋਰ ਸ਼ੁਰੂ ਹੋਣ ਲੱਗੀ ਆ ਬੜੇ ਵਧੀਆ ਸਖਤ ਮੁਕਾਬਲੇ ਸਾਰੇ ਜਾਨਵਰ ਬੜੇ ਵਧੀਆ ਸੋ ਆਨੰਦ ਮਾਣੋ ਆ ਜਿਹੜੇ ਗੰਮੀ ਕੋਲੇ ਮੇਰੇ ਵੀ ਸਾਹਮਣੇ ਖੜੇ ਆ ਨਾਲੇ ਸਾਈਡ ਦੇ ਪਾਸੇ ਗਰਾਊਂਡ 'ਚ ਜਿੱਥੇ ਕੁੱਤੇ ਰੁਕਦੇ ਉੱਥੇ ਆ ਜਾ ਹਜੇ ਤਾਂ ਇੱਥੇ ਪਹਿਲਾ ਰਾਊਂਡ ਹੀ ਹੋਇਆ ਪਹਿਲਾ ਰਾਊਂਡ ਹੀ ਹੋਇਆ ਪਲੀਜ਼
ਬੜਾ ਵਧੀਆ ਅਨੰਦਪੁਰ ਪ੍ਰੇਮ ਪਿਆਰ ਦਾ ਮੇਲਾ ਚੱਲ ਰਿਹਾ ਇਹਦਾ ਅਨੰਦਪੁਰ। ਹਾਂਜੀ ਅਨਾਊਂਸਮੈਂਟ ਦੇ ਵਿੱਚ ਜਿਵੇਂ ਅਨਾਊਂਸਮੈਂਟ ਕਰਦੇ ਕਹਿੰਦੇ ਦੋ ਸੌ ਪਹਿਲਾਂ ਤੇ ਦੋ ਸੌ ਬਾਅਦ ਚ ਅਨਾਊਂਸਮੈਂਟ ਦੇ ਕੇ ਦਸ ਦਿਨ ਕਿਹੜਾ ਕਿੱਥੇ ਭੱਜਿਆ ਹੋਇਆ ਕਿੱਥੇ ਕਿੰਨਾ ਹੋਰੀ ਫਿਰ ਕੰਮ ਖਰਾਬ ਹੋ ਜਾਂਦਾ। ਸੁਰਿੰਦਰ ਸਿੰਘ ਬਜ਼ਾਰੀ ਇਹਨਾਂ ਦਾ ਪ੍ਰੋਡਕਟ ਹੈ ਲਾਲ ਰੰਗ ਦਾ ਜੇਤੂ ਅਸਦੀਪ ਸਿੰਘ ਜਮਨਗਰ ਰੋਇਲ ਗਰੁੱਪ ਨੂੰ ਇੱਕ ਸਾਡਿੰਗ ਜੋ ਸਾਵੇ ਰੰਗ ਦਾ ਜੀ ਜੇਤੂ ਰਿਹਾ ਹਾਂਜੀ। ਅਗਲੀ ਰੋਡ ਜਨ ਸਿੰਘ ਗੁਰੂ ਸਾਹਿਬ ਇਹਨਾਂ ਦਾ ਪੁੱਤਾ ਜੋਨੀ ਕਿਤਨੇ ਰੰਗ ਦਾ ਨਾਲ ਪਰਮਜੀਤ ਸਿੰਘ ਮਾਨਕੀ ਰੋਇਲ ਗਰੁੱਪ ਇਹਨਾਂ ਦੇ ਪੁੱਤਰ ਜੋ ਜੀ ਨਾਲ ਰੰਗ ਦਾ ਤੇ ਸ਼ਹਿਰੀ ਵਾਲੀ ਜੀ ਮੇਰੇ ਗਰੁੱਪ ਨੂੰ ਲੁਧਿਆਣਾ ਇਹਨਾਂ ਦਾ ਪੁੱਤਾ ਜੂਨੀਅਰ ਮੀਟ ਤੋਂ ਬਲੈਕ ਨਾਲ ਚਿੱਟੇ ਬੜੇ ਬੋਲ ਸਿੰਘ ਚੁਪਕੇਤੀ ਇਹਨਾਂ ਦਾ ਪੁੱਤਾ ਅਰਜਨ ਹਰੇ ਰੰਗ ਦਾ ਇਹ ਵੀ ਧਿਆਨ ਰੱਖਣ ਜੀ। ਹਾਂਜੀ ਕਿੱਦਾਂ ਜੇਤੂ ਲਿਆ ਜੀ
ਪਰਮਜੀਤ ਸਿੰਘ ਮਹਾਂਤੀ ਵੱਲੋਂ ਜੋ ਲਾ ਸਕਦਾ ਜੀ। ਹਾਂਜੀ ਚੰਦਰ ਸਿੰਘ ਹੁਸ਼ਿਆਰਪੁਰ ਜ਼ਿਲ੍ਹਾ ਜੀ, ਹੁਸ਼ਿਆਰਪੁਰ ਜਲੰਧਰ ਜ਼ਿਲ੍ਹਾ ਸੀ, ਹੁਸ਼ਿਆਰਪੁਰ ਰੋਡ ਦੇ ਉੱਤੇ ਪਿੰਡ ਆ। ਉੱਥੇ 15 ਜਨਵਰੀ ਨੂੰ ਦੇਸੀ ਕੁੱਤਿਆਂ ਦੀਆਂ ਇੰਡੀਅਨ ਕੁੱਤਿਆਂ ਦੀਆਂ ਇੰਡੀਅਨ ਕੁੱਤਿਆਂ ਦੀਆਂ ਦੌੜਾਂ ਹੋਣੀਆਂ। ਸੋ ਪਹਿਲਾ ਨਾਮ 8 ਆ, ਦੂਜਾ 4, ਤੀਜਾ 2, ਪਹਿਲੇ 8 ਕੁੱਤਿਆਂ ਨੂੰ ਕਿਹੜੇ ਨਾਮ ਦੇਣੇ ਆ ਉਸ ਹਿਸਾਬ ਨਾਲ ਆਪਣੇ ਨਾਲ। ਸੋ ਜਨਰਲ ਸਿੰਘ ਜਲੰਧਰ ਹੁਸ਼ਿਆਰਪੁਰ ਰੋਡ ਦੇ ਉੱਤੇ ਪਿੰਡ ਆ, 15 ਜਨਵਰੀ ਕਾਲੀ ਵੀ ਨੋਟ ਕਰ ਫਿਰ ਬਣੀ। ਹਾਂਜੀ ਹਾਂਜੀ ਕਰ ਲਗੇ ਬਲਵੰਤ ਸਿੰਘ ਚੌਕ ਕੀਤੀ ਅਰਕਲ ਕਾਲਾ ਦੌੜ ਵਿੱਚ ਜੀਤੂ ਰਿਹਾ ਜੀ। ਅੱਗੇ ਲਿਆਓ ਜੀ 6 ਨੰਬਰ ਦੌੜ ਕੱਕੜ ਵਾਰ ਬੈਰੂ ਦਾ ਕੁੱਤਾ ਐਡੀ ਮੈਜਿਕ ਕਾਲਾ ਲਾਲ ਫਟੇ ਉਹਦਾ ਮੁਕਾਬਲਾ ਕਾਲਾ ਧਾਲੀਵਾਲ ਦਾ ਕੁੱਤਾ ਰੈੱਡ ਫਾਲਕਨ ਚਿੱਟਾ ਵੱਡਾ। ਹਾਂਜੀ ਅਗਲੀ ਕਾਨਪੁਰਾ ਪਠਾਨਕੋਟ ਇਹਨਾਂ ਦਾ ਕੁੱਤਾ ਵਿਲੀਅਮ ਲਾਲ ਰੰਗ ਦਾ, ਨਾਸੂਸ ਅਲੀ ਖਾਨ ਮਲੇਰਕੋਟਲਾ ਇਹਨਾਂ ਦਾ ਕੁੱਤਾ, ਡੱਬਾ ਜੀ ਇਹ ਵੀ ਤਿਆਰ ਇਹ ਲਿਆਉਣ ਜੀ 8ਵੀਂ ਤਿਆਰੀ ਵਾਲੀ ਸੰਦੀਪ ਸਿੰਘ ਕੁੱਕੀ ਪਰਿਵਾਰ ਇਹਨਾਂ ਦਾ ਕੁੱਤਾ ਬਿਗ ਹੈਡ ਟੂ ਕਾਲਾ ਰੰਗ ਦਾ ਜੀ। ਤੇ ਨਾਲ ਕਾਨਪੁਰਾ ਪਠਾਨਕੋਟ ਦੀ ਕੁੱਤੀ ਨਰਗਿਸ ਕਾਲੀ ਡੱਬੀ ਇਹ ਵੀ ਤਿਆਰ ਰੱਖਣ ਜੀ। ਤਿਆਰ ਰੱਖੋ ਜੀ ਆਪਣਾ ਨਾਲ ਲਵੇੜ ਕੇ ਆਪਣੇ ਵਧੀਆ ਮੁਕਾਬਲੇ ਚੱਲਦੇ ਕਰੀ ਵੀਰਾਂ ਦਾ ਭਰਵਾਲ ਟਾਈਮ ਸਿਰ ਆ ਰਹੇ ਹੋ। ਨਵੀਂ ਇੰਜਰ ਕਾਮ ਮਲੇਰਕੋਟਲਾ ਦੀ ਕੁੱਤੀ
ਕੋਰੇ ਨੀਲੇ ਰੰਗ ਦੀ ਕਾਲੇ ਰੰਗ ਦੀ ਨਾਲ ਜਸਕਾਲ ਸਿੰਘ ਮਹਿਰ ਕੌਰ ਇਹਨਾਂ ਦਾ ਪਤਾ ਟਾਮ ਪੁਰੀ ਕਾਲੇ ਰੰਗ ਦਾ ਜੀ ਚਿੱਟੇ ਪਟੇ ਦਸਵੀਂ ਡੋਰ ਗੁਰਪ੍ਰੀਤ ਸਿੰਘ ਮਾਨ ਫਾਸਟ ਐਕਸਪ੍ਰੈਸ ਕਾਲਾ ਡੱਬਾ ਤੇ ਚਿੱਟੇ ਪਟੇ ਬਿਰਧਰੋਪ ਦਾ ਕੁੱਤਾ ਟੋਕਣ ਤੱਕ ਤੋਂ ਕਾਲੇ ਰੰਗ ਦਾ ਹਾਂਜੀ ਅਸੀਂ ਵਾਕਾਂ ਦੇ ਵਿੱਚ ਉਹ ਜਿਹੜਾ ਵਾਕਾ ਰੱਖਿਆ ਉਹਦੇ ਵਿੱਚ ਪਾ ਕੇ ਨੋ ਕੋਸਾ ਜੀ ਹਾਂਜੀ ਨੋ ਕੋਸਾ ਜੀ ਇਸ ਤੋਂ ਦੋ ਡੋਰਾਂ ਤੋਂ ਦੋ ਡੋਰਾਂ ਨੂੰ ਮੋੜੋ ਲਏ ਹੋ ਜੀ ਅਸੀਂ ਗਿਆਰਵੀਂ ਡੋਰ ਤੋਂ ਬਾਅਦ ਉਹ ਡੱਬੇ ਆ ਜੀ ਉਹਦੇ ਵਿੱਚ ਕੁੱਤੇ ਰੱਖ ਕੇ ਭਜਾਉਣੇ ਇੱਕ ਟ੍ਰਾਇਲ ਹੋਣ ਤਾਂ ਕਿ ਸਾਡੀ ਕੋਸ਼ਿਸ਼ ਆ ਵੀ ਉਹ ਡੱਬੇ ਵਿੱਚ ਆਪਾਂ ਜੇ ਉਹ ਮੁਕਾਬਲੇ ਸ਼ੁਰੂ ਕਰ ਸਕੀਏ ਸੋ ਇੱਕ ਜਿਹਨਾਂ ਦੇ ਜਾਨਵਰ ਵਾਧੂ ਆ ਜਾਣ ਭਜਾਉਣਾ ਕਿਉਂਕਿ ਉਹਨਾਂ ਡੱਬੇ 'ਚ ਪਾ ਕੇ ਉਹ ਜਾਨਵਰ ਛੋੜੇ ਅਸੀਂ ਰੱਖਣੀ ਆਪਾਂ ਹੈਲੋ ਉਹ ਤਿੰਨੇ ਆਪਣੇ ਪੁੱਤਾਂ ਨੇ ਕਿਉਂ ਛੋੜੇ ਸੀ ਤਿੰਨੇ ਕੌਣ ਲੈ ਕੇ ਗਿਆ ਛੋੜੇ ਹਿਸਾਬ ਤੇ ਲੈ ਆਇਆ ਜੀ ਕੁੱਤੇ ਜੇ ਆਪਾਂ ਛੇ ਕੁੱਤੇ ਛੱਡਣੇ ਜੇ ਛੱਡ ਸਕੀਏ ਜਿਹੜਾ ਜੇਤੂ ਕੁੱਤਾ ਉਹ ਟਰੋਫੀ ਦਿੱਤੀ ਜਾਊਗੀ ਜੀ ਪਰ ਉਹ ਖਵਾਉਣਾ ਸ਼ੁਰੂ ਮੈਂ ਕੀ ਆ ਜਿਹੜੇ ਕੁੱਤੇ ਹਰ ਗਏ ਆ ਜਾਂ ਭਜਾਉਣਾ ਚਾਹੁੰਦਾ ਡੱਬਿਆਂ ਕੋਲੇ ਲੈ ਕੇ ਪਹੁੰਚੋ ਸੋ ਅਸੀਂ ਉਹ ਭਜਾਉਣੇ ਆ ਜੀ ਹਾਂਜੀ ਹਾਂਜੀ ਅੱਠਵਾਂ ਜੀ ਅੱਠਵਾਂ ਸ਼ੁਰੂ ਹੋਣ ਲੱਗਾ ਸ਼ੁਰੂ ਹੋ ਗਿਆ ਜੀ ਜਗਦੀਪ ਸਿੰਘ ਮੁਕੀ ਬਰਾਜ ਦਾ ਪੰਚੋ ਨਾਲ ਕਰਨ ਦਾ ਆਪਣੇ ਗੁੱਡੀ ਕੁੱਤੀ ਨਾ ਦੇ ਸਾਰੀ ਪਤਾ ਕੱਢਾ ਜੀ ਕਿਹੜਾ ਜੇ ਤੁਰਿਆ ਚੇਤਾ ਹੋਣਾ ਜੀ ਬਿਲਕੁਲ ਕੋਈ ਤੇ ਨਹੀਂ ਬੱਬੇ ਸੈਂਟਰ ਪਾ ਕੇ ਤੁਸੀਂ ਆਪਣੇ ਮਹਿਮਾਨ ਸਾਹਿਬ ਨੂੰ ਸ਼ਾਇਦ ਬਿਲਕੁਲ ਉਹਨਾਂ ਨੂੰ ਸਾਰੇ ਉਹਨਾਂ ਨਾਲ ਜਿੰਨੇ ਮਹਿਮਾਨ ਆਏ ਇੱਥੇ ਇਹਨਾਂ ਨੂੰ ਖਵਾਉਣਗੇ ਵੀ ਜੋ ਰੇਸ ਇੰਟਰਨੈਸ਼ਨਲ ਮੇਰਾ ਪਿੰਡ ਦੇ ਸੀ ਉਹ ਕੋਸ਼ਿਸ਼ ਕਰਨਾ ਸਾਰੇ ਹੋਏ ਤਰੀਕੇ ਨਾਲ ਚੱਲੀ ਜਾਂਦੇ ਹਾਂਜੀ ਬਾਬਾ ਜੀ ਆਇਓ ਇੱਕ ਅਪੀਲ ਹੋ ਰਹੀ ਆ ਸੋ ਸੱਤਵੀਂ ਡੋਰ ਦੀ ਹਾਂਜੀ ਬਾਬਾ ਜੀ ਆਇਓ ਤੇ ਸੱਤਵੀਂ ਦੀ ਅਪੀਲ ਆਈ ਆ ਵੈਸੇ ਸਾਡੇ ਜਿਹੜੇ ਜੱਜ ਬੜੇ ਉਲਝੇ ਹੋਏ ਜੱਜ ਆ ਪਰ ਫਿਰ ਵੀ ਤੁਹਾਡੀ ਅਗਲੇ ਨੂੰ ਤਸੱਲੀ ਕਰਾ ਦਿੰਦੇ ਅਸ਼ਕਾਰੀ ਵੀਰੋ ਸਾਡਾ ਟਾਈਮ ਨਾ ਖਰਾਬ ਕਰੋ ਇਸ ਤਰ੍ਹਾਂ ਸੋ ਸਿਰ ਮੱਤੇ ਅਸੀਂ ਤੁਹਾਡੀ ਫਿਰ ਤਸੱਲੀ ਕਰਾ ਦਿੰਦੇ ਪਰ ਉਹਦੇ ਨਾਲ ਟਾਈਮ ਬਹੁਤ ਖਰਾਬ ਹੋਇਆ ਸੋ ਕਿਸੇ ਦਾ ਕੋਈ ਫੈਸਲਾ ਗਲਤ ਨਹੀਂ ਹੁੰਦਾ ਸੋ ਬਾਬਾ ਜੀ ਪਹੁੰਚੋ ਉੱਥੇ ਜੀ ਹਾਂਜੀ ਅਗਲਾ ਮੁਕਾਬਲਾ ਜੀ ਹਾਂਜੀ ਲਾਲ ਲਾਲ ਪਤਾ ਜੀ ਖਿਜਰ ਖਾਂ ਖਿਜਰ ਖਾਂ ਮਲੇਰ ਕੋਟਲਾ ਦੀ ਕੁੱਤੀ ਫੋਰ ਜੇਤੂ ਜੀ ਕਾਲੇ ਰੰਗ ਦੀ
ਜਿਹੜਾ ਕਰਮਦਾਰ ਸਾਡੇ ਦਾ ਕੁੱਤਾ ਵਿਲੀਅਮ ਲਾਲ ਲੱਗਦਾ ਤੇ ਰੂਪਲੀ ਕਰਨੇ ਬੜਾ ਪੜਾ ਕਿਹੜੀ ਆਈ ਆ ਅਪੀਲ ਜੀ ਸੋ ਤਸੱਲੀ ਕਰਾ ਕੇ ਨਾਲ ਜਿਹੜਾ ਲਿਆਓ ਜੀ 11 ਮਿੰਟ ਤੋਂ ਬਾਅਦ ਆਪਾਂ ਸ਼ੋਅ ਜਿਹੜਾ ਕਰਾਉਣਾ ਜੀ ਜਿਹੜਾ ਡੱਬੇ ਛੱਡਦਾ ਪਲੀਜ਼ ਉਹ ਵੀ ਲੈ ਕੇ ਆਇਓ ਹੈਲੋ ਹਾਂਜੀ ਮੈਂ ਕਹਿੰਦਾ ਡੱਬੀ ਵਾਲਿਆਂ ਪੈਕਾਂ ਨੂੰ ਬਿਲਕੁਲ ਥੋੜ੍ਹਾ ਜਿਹਾ ਪੈਕ ਨੇੜੇ ਰੱਖ ਪਾਈ ਕਰਨ ਦੂਰ ਹੋ ਜਾ ਥੋੜ੍ਹਾ ਜਿਹਾ ਡੱਬੀ ਦੀ ਦੂਰੀ ਜਿਹੜੀ ਉੱਥੇ ਰੱਖੋ ਇਹਦੀ ਇੱਕੋ ਜਿਹੀ ਹੋ ਸਕਦੀ ਸੀ ਹਾਂਜੀ ਦੋ ਛੱਡਣ ਲੱਗੇ ਜੀ ਖਾਲੀ ਕਰ ਦੋ ਛੱਡਣ ਲੱਗੇ ਕਾਲੇ ਰੰਗ ਦਾ ਕੁੱਤੇ ਬੀਜ ਲਾਇਆ ਉਹਨੇ ਮੈਂ ਵੀ 11ਵੀਂ ਤੋਂ ਬਾਅਦ ਜਿਹੜੇ ਮਗਰ ਦੇ 12ਵੀਂ ਦੋ ਆਏ ਉਹ ਬਾਅਦ ਕਰਾਂਗੇ ਮਾਸਟਰ ਕਲਿਆਣ ਸਿੰਘ ਨਗਰ ਦਾ ਕੁੱਤਾ ਵਾਈਟ ਸਵੀਟ ਕਿਤੇ ਰੰਗ ਦਾ ਤੇ ਡਾਕਟਰ ਜਗਪਾਲ ਦੱਸੋ ਕੁੱਤਾ ਬਲੀਸ ਵੀ ਨਹੀਂ ਲਾਏ 12ਵੀਂ ਬਾਅਦ ਕਰਾਵਾਂਗੇ ਚੋਰੇ ਤੋਂ ਤੇਰਵੀਂ ਦੋ ਵੀ ਕਿਤੇ ਜਮਰਾਏ ਦਾ ਕੁੱਤਾ ਅਲਫਾ ਕਾਲਿਆਣ ਦਾ ਨਾਲ ਠੇਕੇ ਦਾ ਗੁਆੜਾ ਦਾ ਕੁੱਤਾ ਰੈਫਰੀ ਸਿੱਧਾ ਇਹ ਵੀ ਤਿਆਰ ਰੱਖੋ ਜੀ ਉਦੋਂ ਬਾਅਦ ਕਰਾਵਾਂਗੇ ਸ਼ੁਰੂ ਟੋਕਨ ਸਾਹਿਬ ਤੋਂ ਕਾਲੇ ਰੰਗ ਦਾ ਜੇਤੂ ਰਿਹਾ ਜੀ ਰੋਕ ਰੋਕ ਨੂੰ ਬੰਦੇ ਸਾਰੀ ਕਰੋ ਟੀਮ ਦੇਖੋ ਦੇਖੋ ਬ੍ਰਦਰ ਗਰੁੱਪ ਦਾ ਕੁੱਤਾ ਲੀਓ ਤੇ ਦੌੜ ਵਿੱਚ ਜੀਤੂ ਗਿਆ ਜੀ ਸਾਡੇ
ਹੈਲੋ ਸਨੀ, ਉਹ ਮੁੰਡਾ ਕੰਡੋਲ ਚ ਕੁੱਤਾ ਲਈ ਖੜਾ, ਦੱਸ ਟੋਲ ਬਣੀ ਆ ਬਾਈ। ਮਾੜਾ ਇੱਕ ਮਿੰਟ ਰੇਸ ਭੱਜ ਲੈਂਦੇ ਬਾਈ, ਮਾੜਾ ਰੇਸ ਭੱਜ ਲੈਣ ਬੜੀ ਇੱਕ ਮਿੰਟ ਚਿੱਟਾ ਫੜਾ ਜੇਤੂ ਜੀ ਤੇ ਠੇਕੇਦਾਰ ਖੁਗਾੜਾ ਇਹਨੂੰ ਇੱਕ ਤਾਂ ਰੈਫੀ ਚਿੱਟਾ ਜੇਤੂ ਰਿਹਾ ਜਾਣੋ ਤਿਆਰ ਆ ਜੀ ਕਿਤੇ ਕਾ ਜਾਣੋ ਸਨੀ ਬਾਈ
ਵਿੱਚ ਤਾਂ ਲੈ ਜਾ ਲੈਣੇ ਨਾ ਇੱਥੇ ਆਏ ਸਾਰੇ ਲੋਕ ਹੋਰ ਸਾਰੇ ਲਿਆ ਨਹੀਂ ਕਰਦੇ ਆਪੇ ਲੋਕ ਹੋਰ ਸਾਰੇ ਜਾਨਵਰ ਲਿਆ ਦੋ ਕੱਲ ਰਾਤ ਸੰਗਰ ਦਾ ਵੀਡੀਓ ਤੇ ਨਾਲ ਨੂੰ ਫੜੀ ਕਰ ਲਿਆ ਉਹ ਲੋਕ ਹੋਰ ਸਾਰੇ ਬੱਚਿਆਂ ਦੀ ਤਿਆਰੀ ਕਰੀ ਜਾਂਦੇ ਨਾਲ ਦੀ ਨਾਲ ਅਸੀਂ ਬੱਚੇ ਭਜਾ ਦੇਣੇ ਜਿਹੜੇ ਜਾਨਵਰ ਨੇ ਭੇਜੋ ਜੇ ਹਾਂਜੀ ਦੋ ਸਾਰੇ ਨਾਲ ਤੇਰਵੀਂ ਦੌੜ ਵੀ ਜਾਂਦਾ ਰਹੇ ਦਾ ਭਰਸਾ ਕਾਲਾ ਤੇ ਠੇਕੇਦਾਰ ਹਵਾਲਾ ਨਾਲ ਭਰਿਆ ਸੀ ਜਿਹੜਾ ਇਹ ਵੀ ਲੈ ਕੇ ਚਾਹ ਪੈ ਗਈ ਹਾਂਜੀ ਇੱਥੇ ਤੇਰਵੀਂ ਭੱਜ ਗਈ ਤੇ ਠੇਕੇਦਾਰ ਹਵਾਲਾ ਨਾਲ ਭਰਿਆ ਸੀ ਜਿਹੜੀਆਂ ਜੀ ਚੌਵੀ ਇੰਚੀ ਘੱਟ ਬੋਲ ਦਾ ਭਰਸਾ ਕਹਿੰਦੀ ਬਸ ਤੇ ਨਾਲ ਜੇਰ ਸਾਡਾ ਕਹਿੰਦਾ ਦੀ ਕੁੱਤੀ ਜਾਣੇ ਮਾ ਆਹੋ ਹਾਂਜੀ ਅਨੋਖੋ ਸਾਰੀ ਡੋਰ ਆ ਰਹੀ ਜੀ ਦੇਖੋ ਦੋਨੋਂ ਹੀ ਜਾਨਵਰ ਬੜੇ ਮੁਕਾਬਲਾ ਜੀ ਖਿਤਾ ਬਣਾ ਰੂਹ ਵਾਲੀ ਕਾਮਨਾ ਦੇ ਨਾਲ ਜਗਦੇਵ ਸਿੰਘ ਲੋਕ ਇਹਨਾਂ ਦੀ ਪੱਟੀ ਜਾਣੇ ਮਨ ਲੈ ਕੇ ਆਓ ਜੀ ਬੱਚਿਆਂ ਦੀ ਤਿਆਰੀ ਕਰਦੇ ਹੋ ਗਈ ਜੀ ਮੇਰੇ ਸ਼ਿਕਾਰੀ ਵੀਰ ਜੀ ਤੁਸੀਂ ਆਪਦਾ ਜਾਨਵਰਾਂ ਡੱਬਿਆਂ ਤੇ ਲਾਉਣਾ ਚਾਹੁੰਦੇ ਆ ਇਹ ਭਜਾਉਣਾ ਚਾਹੁੰਦੇ ਆ ਸੋ ਲੈ ਕੇ ਆਓ ਤੁਸੀਂ ਸਾਨੂੰ 6 ਜਾਨਵਰ ਚਾਹੀਦੇ ਆ ਜਿਹੜਾ ਜਿੱਤਿਆ ਕੁੱਤਾ ਉਹਨੂੰ ਟਰਾਫੀ ਦਿੱਤੀ ਜਾਊਗੀ ਜੀ ਲਿਆਓ ਜੀ ਜਗਦੇਵ ਵਾਲਾ ਤਾਂ ਆਇਆ ਜਾਨਵਰ ਲਾਲ ਪਟਿਆਲੇ ਪਹੁੰਚੋ ਜੀ ਘੱਟ ਬੋਲ ਵਾਲੇ ਨਹੀਂ ਆਏ ਚਲੋ ਛੱਡੋ ਪੰਦਰ ਵੀਰ ਬੜੀ ਖਾਂਦੇ ਹੋਦਾ ਜੀ ਕੁਸ਼ਤੀ ਕਾਲਾ ਰੰਗ ਤੇ ਨਾਲ ਰੁੱਖ ਰੂਪ ਸਾਹਿਬ ਦਾ ਬਲੈਕ ਮੈਜਿਕ ਕਾਲੇ ਰੰਗ ਦਾ ਲੈ ਕੇ ਆਓ ਜੀ ਨਾਲ ਤਿਆਰੀ ਵੀ ਰੱਖਣ ਦੀ ਰਾਜਾ ਸਿੰਘ ਸੈਨਾ ਦੀ ਕੁੱਤੀ ਨਾਗਮਣੀ ਕਾਲੀ ਕੁੱਤੀ ਕਾਲਾ ਰੰਗ ਨਾਲ ਹਰਜੀਤ ਸਿੰਘ ਘਰੀਆ ਇਹਨਾਂ ਦਾ ਕੁੱਤਾ ਰਸਤਲ ਕਾਲਾ ਰੰਗ ਇਹ ਵੀ ਲਿਆਓ ਜੀ ਡੱਬੇ ਚ ਰਸਤੇ ਤਿਆਰੀ ਹੋਈ ਜੀ ਹਾਂਜੀ ਰੂਹ ਵਾਲੀ ਹਮਲੇ ਕੋਟਾ ਇਹਨਾਂ ਦੀ ਕੁੱਤੀ ਹੌਟ ਕਾਲਾ ਨਾਲ ਸੁਖਨੂ ਸਾਹਿਬ ਦਾ ਬਲੈਕ ਮੈਜਿਕ ਇਹ ਡੋਰ ਆ ਰਹੀ ਹੈ ਸੁਰਾਜਾ ਸਿੰਘ ਚੰਦੋ ਜੀ ਕੁੱਤੀ ਨਾਗਮਣੀ ਤੇ ਨਾਲ ਹਰਜੀਤ ਸਿੰਘ ਘੜੀ ਇਹਨਾਂ ਦਾ ਪਤਾ ਰਸਤੇ ਲਿਆਓ ਜੀ
ਸਤਮੀ ਜਾਦੂ ਚੱਕਣ ਕੁੱਤਾ ਜੋਕਰ ਕਾਲਾ ਜੀ ਸਤਾਰਵੀਂ ਜਿਹੜੀ ਡੋਰਾ ਨਾਲ ਸੰਨੀ ਗੱਲ ਲੜੀ ਇਹਨਾਂ ਦਾ ਕੁੱਤਾ ਗੁੱਡ ਫਾਈਟ ਪਛਾਵਾ ਜੀ ਇਹ ਵੀ ਲਿਆਓ ਜੀ ਆ ਜਿਹੜਾ ਡੋਰ ਛੱਡਦੇ ਤੇ ਪਿੱਛੇ ਹੋ ਜਾਂਦੀ ਆ ਬੱਚੇ ਵੀ ਜਿਹੜੇ ਖੜੇ ਆ ਪਿੱਛੇ ਹੋ ਜਾਂਦੇ ਸਾਰੇ ਦੂਰ ਹੋ ਜਾਵੇ ਵੀ ਅਸੀਂ ਦੂਰ ਕੁਰਸੀ ਹਾਂਜੀ ਹਾਂਜੀ ਡੋਰ ਚੜ੍ਹਦੇ ਲਾਲ ਪਟਾ ਇਹਦੇ 'ਚ ਲਾਲ ਪਟਾ ਹਾਂਜੀ ਉਹ ਗਲੀ ਮਲੇਸ਼ਵਰਾ ਜੀ ਪੱਚੀ ਹਾਰ ਕਾਲੇ ਰੰਗ ਦੀ ਚੇਤੂਰੇ ਸੋਹਣਾ ਜੀ ਰਾਜਾ ਸਿੰਘ ਸਿੱਧੂ ਜੀ ਪੱਚੀ ਨਾਗਮਣੀ ਕਾਲੀ ਅਤੇ ਅਜੀਤ ਸਿੰਘ ਜੀ ਇਹਨਾਂ ਪਤਾ ਰਾਸਤਾ ਡੱਬਿਆਂ ਜਾਨਵਰ ਲਿਆਓ ਜੀ ਪਿਛਾਉਣੇ ਆ ਜੀ ਜਾਨਵਰ ਕਿੰਨੇ ਪਹੁੰਚੇ ਇੱਥੇ ਡੱਬਿਆਂ 'ਚ ਸ਼ਿਕਾਰੀ ਵੀਰ ਪਲੀਜ਼ ਲਿਖਣ ਦੀ ਲੋੜ ਤੁਸੀਂ ਉੱਥੇ ਡੱਬਿਆਂ ਕੋਲ ਲੈ ਜਾਓ ਇੱਥੇ ਲਿਖਾਉਣ ਦੀ ਵੀ ਲੋੜ ਉੱਥੇ ਲੈ ਜਾਓ ਅੱਜ ਤੱਕ ਲਿਖ ਲਓ ਜੀ ਕਾਫੀ ਮਿਲ ਗਏ ਹਾਂਜੀ ਡੋਰ ਛੱਡਣ ਲੱਗੇ ਹਾਂ ਜੀ ਰਾਜਾ ਸਿੰਘ ਸੰਧੂ ਜੀ ਕੁਝ ਨਾਗਮਣੀ ਕਾਲੀ ਨਾ ਹਰਜੀਤ ਸਿੰਘ ਧਰੀ ਇਹਨਾਂ ਦਾ ਕੁੱਤਾ ਰਸਤਾ ਕਾਲੇ ਰੰਗ ਦਾ ਜੀ ਅੱਗੇ ਸਤਾਰਵੀਂ ਜੀ ਜਾਦੂ ਚੱਕਰ ਕੁੱਤਾ ਇਹਨਾਂ ਦਾ ਜੋਕਰ ਅਤੇ ਨਾਲ ਹੈਗਾ ਸਨੀ ਗੰਗਲਣੀ ਇਹਨਾਂ ਦਾ ਕੁੱਤਾ ਗੁੱਡ ਫਾਈਟ ਲਿਆਓ ਜੀ ਨੀਲਾ ਲਾਇਆ ਪੂਰਾ ਇੱਥੇ ਡੱਬਿਆਂ ਚ ਪਾ ਕੇ ਭਿਉਣ ਪਰਮਜੀਤ ਕੈਦ ਬਰਾ ਪਲੀਜ਼ ਉੱਥੇ ਡੱਬਿਆਂ ਕੋਲ ਨੀਲਾ ਸਾਰਾ ਜਿਹੜਾ ਜਾਂ ਕਾਲਾ ਦੋਨੇ ਲਾਇਆ ਡੱਬਿਆਂ ਚ ਭਿਉਣ ਆਪਾਂ ਸ਼ੋਅ ਮੈਚ ਕਰਾਉਣਾ ਤੇ ਦੋਨੋਂ ਉੱਥੇ ਲਾਇਆ ਆਪਾਂ ਡੱਬਿਆਂ ਚੋਂ ਪਾ ਦੀਏ ਨਾਲ ਉੱਥੇ ਪੁਛਾ ਕੇ ਜਾਣੂ ਸਤਾਰਵੀਂ ਭੱਜਣ ਲੱਗੀ ਹੈ ਜੀ ਅਠਾਰਵੀਂ ਵਾਲੇ ਤਿਆਰ ਰਹਿਣ ਕਾਰਧਾਰੀ ਵਾਲੇ ਇਹਨਾਂ ਦਾ ਕੁੱਤਾ ਬਲੈਕ ਬਲ ਅਤੇ ਨਾਲ ਬੂਟਾ ਸਿੰਘ ਬਲੋਰੀ ਇਹਨਾਂ ਦੀ ਕੁੱਤੀ ਨੀਲ ਇਹ ਵੀ ਲਿਆਓ ਤਿਆਰੀ ਵਾਲੀ ਉੱਨੀਵੀਂ ਸਮਰਜੀਤ ਸਿੰਘ ਸਰਾਜ ਇਹਨਾਂ ਦਾ ਕੁੱਤਾ ਰਾਕੀ ਚਿੱਟਾ ਨਾਲ ਗਜੇਰ ਸਿੰਘ ਘੜੀਆਂ ਇਹਨਾਂ ਦੀ ਕੁੱਤੀ ਮਿਲ ਮੌਕਾ ਹੋਇਆ ਹਾਂਜੀ ਡੋਰ ਛੱਡਣ ਲੱਗੇ ਆ ਜੀ ਸਤਾਰਵੀਂ ਬੂਟਾ ਸਿੰਘ ਨਾਲ ਕਰਾ ਜੀ
ਲੱਖਾਂ ਤੱਕਾ ਨਾਮ ਬਚਾ ਕੇ ਮਿਹਰਬਾਨੀਆਂ ਨੇ ਕੁਛ ਕੀਤਾ ਦੀਆਂ ਜਿਹਨਾਂ ਦੀ ਯਾਦ ਵਿੱਚ ਦੌੜਾਂ ਮਨਾਈਆਂ ਕਰਾਈਆਂ ਕਰਾਈਆਂ ਜਾਂਦੀਆਂ ਨੇ। ਇਹ ਗਰਾਊਂਡ ਰੋਡ ਦੇ ਜਿੱਥੇ ਬਹਿ ਬਹਿ ਲੱਗ ਲੈ ਗਈਆਂ ਮਹਿਫਲਾਂ, ਬਹਿ ਬਹਿ ਗਏ ਦੀਵਾਨ, ਨਛਿੱਤਰ ਗਿੱਲ ਵਰਗੀਆਂ ਸ਼ਖਸੀਅਤਾਂ, ਪੰਨੂ ਵਰਗੇ ਪ੍ਰਧਾਨ, ਥਾਣਾ ਸਿੰਘ ਵਰਗੇ ਬਜ਼ੁਰਗ ਤੇ ਭਾਈ ਪਾਲ ਸਿੰਘ ਵਰਗੇ ਨੌਜਵਾਨ, ਮਰੂਰ ਵਰਗੇ ਸਰਪੰਚ ਦੇ ਨਾਲ ਬਲਵੰਤ ਸਿੰਘ ਚੋਹਲਾ ਵਰਗੇ ਭਲਵਾਨ, ਹਰਦੀਪ ਸਿੰਘ ਪੱਤੀ ਵਰਗੇ ਜੱਜ ਦੇ, ਚੌਧਰੀ ਰਾਮ ਸਿੰਘ ਵਰਗੇ ਮਹਿਮਾਨ, ਅੱਜ ਇਹਨਾਂ ਪਿਛੜੇ ਯਾਰਾਂ ਬਿਨਾਂ ਸਾਨੂੰ ਇਹ ਸੁਣਨਾ ਦਿਖੇ ਮੈਦਾਨ, ਸੁਣਨਾ ਦਿਖੇ ਮੈਦਾਨ, ਮਰਿਆ ਤੇ ਬਾਅਦ ਹੋਈ ਤੇਰਾ ਵੀ ਕੋਈ ਲਿਆ ਕਰੇਗਾ ਨਾਮ। ਆਪਾਂ ਨੂੰ ਲੈਟਾਂ ਲਾਉਣ ਦੀ ਜ਼ਰੂਰਤ ਨਾ ਪਵੇ, ਠੀਕ ਨੀ ਉਹ ਚੌਥੇ ਨੰਬਰ ਤੇ ਕਰਤਾ, ਤੀਜੇ ਦੂਜਾ ਰੱਖਤਾ ਜੀ, ਚਲੋ ਫਿਰ ਫਾਈਨਲ ਵਾਲੇ ਬਣਾਓ, ਫਾਈਨਲ ਲਿਆਓ ਜੀ, ਹਰਦੀਪ ਸਿੰਘ ਜਾਣਾ ਸਾਡੇ ਨਾਲ ਖੁਰਾ ਡਿੰਗ ਸਾਰਾ ਤੇ ਕੁੱਤੀ ਮਾਲਾ ਲਾਲ ਪਵੇ ਤੇ ਹਰਦੀਪ ਸਿੰਘ ਸਾਡੇ ਨਾਲ ਖੁਰਾ ਡਿੰਗ ਲਿਆਓ ਜੀ। ਅੱਛਾ ਜੀ, ਇੱਕ ਮਿੰਟ ਦੇ ਵਿੱਚ ਆਪਣੇ ਓਪਨ ਟਰਬੋ ਦਾ ਤੀਸਰਾ ਨੰਬਰ ਉਹਨੂੰ ਵਾਪਸ ਲੈ ਜਾਓ ਜੀ, ਉਹਦਾ ਤੀਸਰਾ ਨੰਬਰ ਹੋ ਗਿਆ। ਹਾਂਜੀ ਉਹਨੇ ਲੈ ਗਿਆ ਜੀ, ਚੌਥੇ ਵਾਲੇ ਫਾਈਨਲ ਨਹੀਂ ਜਾਓ ਆ ਜਾਓ ਜੀ। ਹਾਂਜੀ ਫਾਈਨਲ ਲਿਆਓ ਜੀ, ਅਸ਼ਦੀਪ ਸਿੰਘ ਜਾਣਾ ਮੇਰਾ ਪੁੱਤਰ ਡਿੰਗਰ ਸਾਰਾ ਲਾਲ ਪਵੇ ਚਿੱਟੇ ਚ ਬ੍ਰਦਰ ਕੁੱਤੀ ਮਾਲਵਾ ਸਟੋਨ ਲਿਆਓ ਜੀ। ਮਗਾਜੂ ਬਾਓ ਜੰਗ ਸਿੰਘ ਜੀ, ਫਾਈਨਲ ਜੀ ਦੌੜਾ ਬਣੋ ਆਪਾਂ ਨੇ, ਹਾਂਜੀ ਫਾਈਨਲ ਜੀ ਆ ਗਏ ਜੀ, ਆ ਗਏ ਜ਼ਰੂਰ ਆ ਰਹੇ ਉਹਨਾਂ ਦਾ ਹੋ ਜਾਈਏ, ਲਿਆਓ ਜੀ ਜਿੱਤਾ ਬਣਾ ਕਰੋ ਕੋਈ ਜੀ, ਕੁਝ ਹੋਇਆ ਨਾ ਸਾਡੀ ਲਾਲ ਪੁੱਤ ਵਾਲੇ ਆ ਗਏ ਜੀ, ਸ਼ਿਕਾਰੀ ਸ਼ਕਤੀ ਸਾਜਣਾ ਤੁਹਾਨੂੰ ਸਭ ਭਰਾਵਾ, ਮੈਂ ਹੱਥ ਵੱਢ ਕੇ ਕਹਿੰਦਾ ਫਾਈਨਲ ਜੀ ਦੌੜਾ ਪਿੱਛਾ ਹੋ ਜਾਓ, ਹਰ ਜਾ ਪਿੱਛਾ ਕਿਉਂ ਨਹੀਂ ਆ ਗਏ, ਕਰੀ ਜਾਂਦੇ ਸਿਆਣੇ ਬਿਆਣੇ ਹੋ ਕੇ ਨਹੀਂ ਹੱਟ ਰਹੇ, ਬੜੇ ਕਮਾਲ ਦੀ ਗੱਲ ਹੈ।
ਮਾੜਾ ਜਿਹਾ ਕਿਰਨ ਪੈ ਗਿਆ ਪਿੱਛੇ ਆ ਕੇ ਦੇਖ ਲਓ ਮੈਂ ਤੁਹਾਨੂੰ ਕਹਿ ਕਹਿ ਕੇ ਮੂਹਰੇ ਖੜੇ ਹੋ ਕੋਈ ਨੈਜ ਦੀ ਲੋੜ ਨੀ ਪੈਣੀ ਆਪਾਂ ਨੂੰ ਉੱਥੇ ਲੈ ਉੱਚੀ ਵਾਲੀ ਵੀ ਕੁੱਤਾ ਮੰਗਾਓ ਜੀ ਆ ਗਏ ਜੀ ਆ ਗਏ ਮਿਹਰਬਾਨੀ ਜਿਨ੍ਹਾਂ ਨੇ ਟਾਈਮ ਸਿਰ ਜਾਨਵਰ ਲਿਆ ਕੇ ਮੇਲੇ ਨੂੰ ਸਫਲ ਕਰਨ ਵਿੱਚ ਯੋਗਦਾਨ ਪਾਇਆ ਸਾਰੇ ਦਰਸ਼ਕੀਆਂ ਦਾ ਚੌਂਤੇ ਸੱਜਣ ਲੋਕਾਂ ਨੂੰ ਅਸੀਂ ਬਾਹਰ ਲੈ ਪਿੰਡਾਂ ਤੋਂ ਆਏ ਚੌਂਤੇ ਸੱਜਣ ਜਿੰਨੇ ਵੀ ਪ੍ਰੈਸ ਵਾਲੇ ਵੀ ਇਹਨਾਂ ਨੇ ਇਸ ਮੇਲੇ ਦੀ ਸਾਰੀ ਨਾਲ ਦੇ ਨਾਲ ਕਵਰੇਜ ਕੀਤੀ ਆ ਉਹਨਾਂ ਦੇ ਅਸੀਂ ਸ਼ਹੀਦ ਜਸਰ ਸਿੰਘ ਮੈਮੋਰੀਅਲ ਡਾਕਟਰ ਸਿੰਘ ਅਤੇ ਕਲੱਬ ਨੂੰ ਧੰਨਵਾਦ ਕਰਦੇ ਹਾਂ ਸਾਰੇ ਕਲਾਬਾਂ ਕਲੱਬ ਨੂੰ ਤੁਹਾਡਾ ਪਹੁੰਚੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਲਾ ਇਹ ਸਫਲ ਕੀਤਾ ਤੁਹਾਡੀ ਮਿਹਰਬਾਨੀ ਕਰਕੇ ਹੀ ਸਫਲ ਹੋਇਆ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਤਾਂ ਕਿ ਆਉਣ ਵਾਲੇ ਸਾਲਾਂ 'ਚ ਇਹਨੂੰ ਹੋਰ ਵਧੀਆ ਅਤੇ ਕਾਮਯਾਬ ਕਰ ਸਕੀ ਹਾਂਜੀ ਅਗਲੇ ਸਾਲ ਜਿਵੇਂ ਮਹਿਸੂਸ ਕੀਤੀ ਆ ਪਹਿਲਾ ਇਨਾਮ 81,000 ਦਾ ਹੋਊਗਾ ਜੀ ਪਹਿਲਾ ਇਨਾਮ 81,000 ਦਾ ਕੀਤਾ ਜਾਊ ਡੱਬਿਆਂ ਵਾਲੀਆਂ ਰੇਸਾਂ ਉਹਨਾਂ ਦਾ ਅਲੱਗ ਨਾਮ ਸੋ ਸ਼ੁਰੂ ਕਰਨ ਦੀ ਕੋਸ਼ਿਸ਼ ਆਪਣੀ ਉਹਨਾਂ ਦਾ ਅਲੱਗ ਨਾਮ ਹੋਊਗਾ ਅਨਾਊਂਸ ਕਰਾਂਗੇ ਅਗਲੇ ਸਾਲ ਸੋ ਜਿਹੜੇ ਜਾਨਵਰ ਉਹ ਭਜਾਉਣਾ ਚਾਹੁੰਦੇ ਆ ਉਹ ਭਜਾ ਸਕਦੇ ਆ ਜੀ ਸੋ ਬੜੀ ਮਿਹਰਬਾਨੀ ਆਪਾਂ ਸਾਰੇ ਜਾਨਵਰ ਤਰੱਕੀ ਬਾਗ ਕਰ ਲਈਏ ਤਾਂ ਕਿ ਰੋਸਪਿਟ ਕਰ ਲਈਏ ਆਰਾਮ ਦੇਣ ਦੀ ਟਾਈਮ ਰਾਜਵੀਰ ਸਿੰਘ ਰੱਖ
ਠੀਕ ਹੈ ਕਰ ਲਓ ਆ ਲਓ ਜੀ ਆ ਉੱਥੇ ਕਰੋ ਨਾਲ ਤਾਂ ਕਵਰ ਕਰਕੇ ਸੈਂਡ ਲਓ ਥੱਲੇ ਨਿਖਲ ਮਾੜੇ ਜਿਹਾ ਵੀਰ ਸਾਈਡ ਤੇ ਹੋਈ ਲੋੜੀ ਨੀ ਪਾਸੇ ਕਰਾਂਗੇ ਬੜੀ ਭਾਈ ਮੈਂ
ਹਾਂਜੀ ਸ਼ਿਕਾਰੀ ਵੀ ਆ ਕੇ ਦੱਸ ਦੇਣ ਟੈਕਸੀ ਦੇ ਨਾਂ ਤੇ ਬੁਲਾਓ ਪਲੀਜ਼। ਹਾਂਜੀ ਫਰਵਰ ਕੋਲ ਵਾਲੇ ਵੀ ਆ ਕੇ ਦੱਸ ਦੇਣ ਟੈਕਸੀ ਦੇ ਕਿਹਦੇ ਨਾਂ ਤੇ ਬੁਲਾਓ ਉਹ ਆ ਕੇ ਦੱਸ ਦੇਣ ਪਲੀਜ਼। ਚੈੱਕ ਲਿਖਦੇ ਹਾਂ ਅਸੀਂ ਕਿਹੜੇ ਨਾਮ ਵਾਲੇ, ਪਹਿਲੇ 15 ਜਾਨਵਰਾਂ ਦਾ ਨਾਮ ਦਿੱਤੇ ਜਾਣਗੇ, ਪਰ ਜਿਹੜੇ 15 ਜਾਨਵਰ ਆ ਉਹ ਆ ਕੇ ਦੱਸ ਦੇਣ। ਲਾਉਣੀ ਪੈਣੀ ਹੈ ਲਾਓ। ਮੈਂ ਵੀ ਬਹੁਤ ਧੰਦਾ ਤੇ ਕਿਰਾ ਹੁਣ ਔਰ ਡੀ ਵੀ ਸੀ ਬਣਾਈ ਹੈ ਨਾ ਬੱਚ ਪਾ ਕੇ ਪੰਜਾਬ ਲਾਈ ਵੰਡ ਡੋਲੀ ਭਾਈ ਤੋਂ ਗਗਨ ਨਹੀਂ ਉਹ ਚਲਾਉਂਦਾ ਮੁੰਡਾ। ਹਾਂਜੀ ਹਾਂਜੀ ਉੱਪਰ ਲਾ ਲਓ ਬਾਹਰ ਤੱਕ ਹੁੰਦੇ ਰਿਕਾਰਡਿੰਗ ਲੱਗੀ ਹੋਈ ਕੀ ਉਹ ਲਾਲ ਲਾਈਟ ਚੱਕਦੀ ਨਾ ਤੇ ਬੰਦ ਕਰਾਓ ਸਿਰੇ ਲੱਗਣ ਤੇ ਡੀ ਸੀ ਕੀ ਹੋ ਗਿਆ ਤੁਹਾਨੂੰ ਪੜ ਦੇਣਾ ਬਹੁਤ ਗਲਾ ਕੱਢ ਕੇ ਉਹਨੂੰ ਵਾ ਦਿੰਦਾ ਕੋਈ ਨੀ ਚੱਲਣ ਤੇ ਥੋੜ੍ਹੀ ਦੇਰ 5 ਮਿੰਟ ਚੱਲਣ ਤੇ ਗੱਲਬਾਤ ਨਹੀਂ ਕਰੀ ਸਮਾਨ ਸਾਂਭ ਲੈਣਾ ਅੰਦਰਲਾ ਉਹਨੂੰ ਹੋਰ ਸਨਗਨ ਕਿਹੜੀ ਆ ਹੋਰ ਨਹੀਂ ਮੁੰਡਾ ਮਗਾਲਾ ਇੱਕ ਲੱਗ ਗਈ
ਅਜੇ ਤੋਂ ਲੜ ਗਿਆ ਉਹ ਗੱਲ ਸੁਣ ਮੁੜਿਆ ਕਹਿ ਦਿੰਦਾ ਮੈਂ ਪੁੱਛ ਸਰ ਗਿਆ ਉਹ ਲਾਈਟਸ ਲਾਉਣ ਲੱਗੇ ਛੇਡਾ ਛੁਡਾ ਚੱਲ ਜਾ ਥੋੜਾ ਛੇਡਾ ਥੱਲੋ ਠੰਡ ਚੱਲਦੀ ਆ ਗਏ ਐਂ ਘੁਲੀ ਵਾਲੇ ਚ ਕੇਵਲ ਵਾਲਾ ਮੰਨ ਗਿਆ ਕਹਿੰਦਾ ਘੁਲ ਗਿਆ ਲਾਈਟ ਲੱਗੀ ਸੀ ਡੇਢ ਲੱਖ ਰੁਪਏ ਲਾਈਟ ਲੈ ਗਿਆ ਮਾਨਸਾ ਤੋਂ ਆਏ ਲਾਈਟਾਂ ਲੋੜ ਪਊ ਇੱਥੇ ਪ੍ਰੋਪਰ ਲਿਆ ਯਾਦ ਹੈ ਮੜਾ ਜਿਹਾ ਕਰ ਲੈ ਤੀਜਾ ਜੀ
ਬਾਈ ਜੀ ਲਾਈਟਾਂ ਜਗਾਓ ਤੁਸੀਂ ਅੱਗ ਨਾਲ ਆਓ ਜੀ ਆ ਵੀ ਲੈ ਲਓ ਬਾਈ ਜੀ ਤੁਸੀਂ ਵੀ ਨਾਲ ਹੀ ਹੋ ਜਾਓ ਥੋੜਾ ਜਿਹਾ ਜੰਗ ਪਾ ਥੋੜਾ ਸਾਹਮਣੇ ਦੇਖਿਓ ਜੀ ਗੱਲ ਸਾਹਿਬ ਨਾਲ ਹੋ ਜਾਓ ਜੀ ਪਲੀਜ਼ ਗੱਲ ਸਾਹਿਬ ਨਾਲ ਹੋ ਜਾਓ ਥੋੜਾ ਵੀਰ ਜੀ ਮਗਰ ਨੂੰ ਹੋ ਜਾਓ ਜਗ੍ਹਾ ਬਹੁਤ ਆ ਭਾਜੀ ਆਪਣੀ ਮੇਨ ਫੋਟੋ ਹੈ ਨਾ ਜੀ ਇਹ ਸਾਡੀ ਮਾੜੀ ਵਿੱਚ ਠੀਕ ਹੈ ਜੀ ਹਾਂਜੀ ਦੂਜਾ ਨਾਮ ਜੀ ਦੂਜੇ ਰੋਣ ਵਾਲੇ ਆਓ ਜੀ ਬਾਹਰੋਂ ਕੋਈ ਕੁੱਤੀ ਬਾਲਾ ਉਹ ਹਾਂਜੀ ਦੂਜਾ ਤੀਜਾ ਕੱਠੇ ਕਿਹੜੇ ਮੈਡੇ ਜੀ ਦੂਜਾ ਤੀਜਾ ਕੱਠਾ ਜੀ ਬਾਈ ਜੀ ਇੱਥੋਂ ਜਗ੍ਹਾ ਛੱਡ ਦਿਓ ਅੱਗੇ ਹੋ ਮਾੜੀ ਮਾੜੀ ਅੱਗਿਓ ਪਾਸੇ ਹੋ ਜਾਓ ਚੌਥਾ ਜੀ ਬਲਟੀ ਟੂ ਕੋਟ ਤੇ ਪੰਜਵਾਂ ਵੀ ਤਿਆਰ ਹੈ ਕਾਲਾ ਧਾਲੀਵਾਲ ਸੇਵਾ ਸੇਵਾ ਦੀ ਸੋ ਪ੍ਰੋਗਰਾਮ ਬੜੀ ਫੋਨ ਨਹੀਂ ਚੌਥਾ ਲੋ ਜੀ ਪਾਜ ਆ ਕੇ ਓਏ ਸੋਨੀ ਨਹੀਂ ਤੂੰ ਪਹਿਲਾਂ ਲੈ ਕੇ ਆ ਅੱਜ ਕੇ ਬਾਈ ਜੀ ਥੋੜਾ ਥੋੜਾ ਮਗਰ ਨੂੰ ਖੋਲ ਜਾਓ ਜੀ ਪਲੀਜ਼ ਥੋੜਾ ਥੋੜਾ ਬਾਈ ਜੀ ਬਾਈ ਜੀ ਥੋੜਾ ਥੋੜਾ ਮਗਰ ਨੂੰ ਹੋ ਜਾਓ ਪਲੀਜ਼ ਖੋਲ ਲਓ ਥੋੜਾ ਹੋਰ ਨੀਚੇ ਬਾਈ ਜੀ ਥੋੜਾ ਥੋੜਾ ਹੋ ਜਾਓ ਯਾਰ ਤੁਸੀਂ ਦੋ ਸਾਹਮਣੇ ਦੇਖੋ
ਸਾਹਮਣੇ ਦੇਖਿਓ ਜੀ ਪ੍ਰਵੀਨ ਜੀ ਇੱਥੇ ਤੱਕ ਹੀ ਖੜੇ ਰਹੋ ਸਾਡੀ ਸੇਵਾ ਦੀ ਸੰਬੰਧੀ ਸਟੋਪ ਸਤਵਾ ਕੋਲ ਉਪਰੀ ਗਾਂ ਆ ਜਾ ਦਿੱਤੀ ਨੌਵਾਂ ਕੋਟਰ ਬਾਗ ਦਸਵਾਂ ਗੁਰਦਰ ਸਟੋਪ ਗਿਆਰਵਾਂ ਬਲੈਕ ਟੋਪ ਬੈਠੇ।